ਪੰਜਾਬ ਨੂੰ ਬਚਾਉਣਾ ਹੈ, ਭਾਜਪਾ ਨੂੰ ਜਿਤਾਉਣਾ ਹੈ। ਪੰਜ ਪਾਣੀਆਂ ਦੀ ਇਸ ਧਰਤੀ ਤੇ ਵਿਸ਼ਵ ਦਾ ਸਭ ਤੋਂ ਪੁਰਾਣਾ ਗ੍ਰੰਥ ਰਿਗਵੇਦ ਵੀ ਲਿਖਿਆ ਗਿਆ ਅਤੇ ਵਿਸ਼ਵ ਦਾ ਸਭ ਤੋਂ ਪ੍ਰਮਾਣਕ ਅਤੇ ਸਰਬ ਵਿਆਪਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਗਾ ਮੁਜਸਮਾ ਵੀ ਇੱਥੇ ਰਚਿਆ ਗਿਆ। ਵਿਸ਼ਵ ਦਾ ਸਭ ਤੋਂ ਪੁਰਾਣਾ ਧਰਮ ਸਨਾਤਨ ਹੈ, ਜੋ ਰਿਗਵੇਦ ਤੋਂ ਪ੍ਰੇਰਣਾ ਲੈਂਦਾ ਹੈ, ਅਤੇ ਸਭ ਤੋਂ ਨਵਾਂ ਧਰਮ ਸਿੱਖ ਧਰਮ ਹੈ, ਜਿਹਨੇ ਉੱਚੇ ਸੁਰ ਵਿੱਚ ਐਲਾਨ ਕੀਤਾ ਹੈ, ਮਾਨਵ ਕੀ ਜਾਤ ਸਬੈ ਏਕ ਹੈ ਪਹਿਚਾਨਬੋ। ਵਿਸ਼ਵ ਭਰ ਦੇ ਸਮਾਜਵਾਦੀ ਅਤੇ ਸਾਮਵਾਦੀ ਵਿਚਾਰ ਇਸ ਇੱਕੋ ਲਾਈਨ ਵਿੱਚ ਸਿਮਟੇ ਜਾ ਸਕਦੇ ਨੇ। ਰਿਗਵੇਦ ਵਿੱਚ ਵੀ ਸਾਰੇ ਪ੍ਰਾਣੀਆਂ ਨੂੰ ਉਸੇ ਇੱਕ ਬ੍ਰਹਮ ਦਾ ਅੰਸ਼ ਹੋਣ ਤੇ ਉਹਨਾਂ ਦਾ ਭੈਣ ਭਰਾ ਮੰਨਿਆ ਗਿਆ ਹੈ। ਪੰਜ ਪਾਣੀਆਂ ਦੀ ਇਸ ਧਰਤੀ ਨੂੰ ਗੁਰੂਆਂ ਦਾ ਆਸ਼ੀਰਵਾਦ ਮਿਲਿਆ। ਅਸੰਖ ਯੋਧਿਆਂ ਦੀਆਂ ਕੁਰਬਾਨੀਆਂ ਨੇ ਇਸ ਦਾ ਮਾਣ ਸਨਮਾਨ ਬਣਾਈ ਰੱਖਿਆ ਅਤੇ ਕਰੋੜਾਂ ਕਿਸਾਨਾਂ ਦੀ ਮਿਹਨਤ ਨੇ ਇੱਥੇ ਫਸਲਾਂ ਨਹੀਂ ਹੀਰੇ ਮੋਤੀ ਪੈਦਾ ਕੀਤੇ। ਅੱਜ ਇਸ ਧਰਤੀ ਨੂੰ ਪਤਾ ਨਹੀਂ ਕਿਸ ਦਾ ਸਰਾਪ ਲੱਗ ਗਿਆ ਹੈ, ਜੋ ਹਰ ਖੇਤਰ ਵਿੱਚ ਪਿਛੜਦਾ ਜਾ ਰਿਹਾ ਹੈ। ਕਦੀ ਭਾਰਤ ਦਾ ਅੰਨ ਭੰਡਾਰ ਕਹਿਲਾਉਣ ਵਾਲਾ ਅੱਜ ਗਵਾਂਢੀ ਰਾਜਾਂ ਨੇ ਪਛਾੜ ਦਿੱਤਾ ਹੈ। ਉਦਯੋਗ ਧੰਦੇ ਠੱਪ ਹੋ ਗਏ ਨੇ, ਸਿੱਖਿਆ ਸਿਹਤ ਸੇਵਾਵਾਂ ਦਾ ਪੱਧਰ ਡਿੱਗ ਗਿਆ, ਬੇਰੁਜ਼ਗਾਰੀ ਨੇ ਲੋਕਾਂ ਨੂੰ ਬੇਸਹਾਰਾ ਬਣਾ ਕੇ ਰੱਖ ਦਿੱਤਾ ਹੈ। ਕਿ ਕਦੇ ਅਸੀਂ ਪੰਜਾਬੀਆਂ ਨੇ ਇਸ ਤੇ ਵਿਚਾਰ ਕੀਤਾ ਕਿ ਪੰਜਾਬ ਦੀ ਜਵਾਨੀ ਦੇ ਖੂਨ ਵਿੱਚ ਨਸ਼ਿਆਂ ਦਾ ਜ਼ਹਿਰ ਕੌਣ ਘੋਲ ਰਿਹਾ ਹੈ? ਪੰਜਾਬ ਦੀ ਧਾਰਮਿਕ ਏਕਤਾ ਦੇ ਦੁੱਧ ਵਿੱਚ ਸਵਾਰਥ ਦਾ ਨਿੰਬੂ ਕੌਣ ਨਿਚੋੜ ਰਿਹਾ ਹੈ? ਕਿਉਂ ਇੱਥੇ ਜਵਾਨੀ ਪੰਜਾਬ ਛੱਡ ਕੇ ਵਿਦੇਸ਼ਾਂ ਵੱਲ ਭੱਜ ਰਹੀ ਹੈ? ਕਿਉਂ ਦਿਨ ਦਿਹਾੜੇ ਹੱਤਿਆਵਾਂ ਹੋ ਰਹੀਆਂ ਨੇ ਅਤੇ ਅਪਰਾਧੀ ਪਣਪ ਰਹੇ ਨੇ? 1 ਜੂਨ 2024 ਨੂੰ ਵੋਟਾਂ ਦਾ ਮੌਕਾ ਇੱਕ ਵੱਡੇ ਫੈਸਲੇ ਦਾ ਪਲ ਹੋਵੇਗਾ। ਤੁਸੀਂ ਉਸ ਸਮੇਂ ਭਾਸ਼ਾ, ਸੂਬੇ, ਪੰਥ ਅਤੇ ਨਿੱਜ ਸਵਾਰਥ ਦੀਆਂ ਦੀਵਾਰਾਂ 'ਚ ਕੈਦ ਨਹੀਂ ਰਹੋਗੇ, ਕਿਉਂਕਿ ਅਸੀਂ ਪੰਜਾਬੀ ਹਾਂ। ਅਸੀਂ ਗੁਰੂਆਂ ਦੀ ਬਾਣੀ ਅਤੇ ਰਿਗਵੇਦ ਦੀ ਅਮਰ ਵਿਰਾਸਤ ਦੇ ਵਾਰਸ ਹਾਂ। ਕੀ ਮੇਰਾ ਇਹ ਸੋਚਣਾ ਗਲਤ ਹੈ? ਆਜ਼ਾਦੀ ਤੋਂ ਬਾਅਦ 77 ਸਾਲਾਂ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਪੰਜਾਬ ਵਿੱਚ ਕਾਂਗਰਸ ਨੇ ਰਾਜ ਕੀਤਾ ਹੈ। ਲੰਬੇ ਸਮੇਂ ਤੱਕ ਰਾਜ ਕਰਨ ਦੇ ਕਾਰਨ ਕਾਂਗਰਸ ਨੂੰ ਲੱਗਣ ਲੱਗਾ ਹੈ ਕਿ ਦੇਸ਼ ਤੇ ਰਾਜ ਕਰਨ ਦੇ ਲਈ ਹੀ ਉਹ ਪੈਦਾ ਹੋਈ ਹੈ। ਇਹੀ ਕਾਰਨ ਹੈ ਕਿ ਸਮੇਂ ਦੇ ਨਾਲ ਨਾਲ ਪਾਰਟੀ ਵਿੱਚ ਘਮੰਡ ਆਇਆ ਤੇ ਲੋਕਾਂ ਨੂੰ ਦੁਤਕਾਰਨ ਦਾ ਉਹਦਾ ਸੁਭਾਅ ਬਣਦਾ ਗਿਆ। ਨਿਸ਼ਚੇ ਹੀ ਕਾਂਗਰਸ ਨੇ ਚੰਗੇ ਨੇਤਾ ਵੀ ਦਿੱਤੇ ਨੇ, ਜਿਨ੍ਹਾਂ ਨੇ ਕੁਝ ਚੰਗੇ ਕੰਮ ਵੀ ਕੀਤੇ ਹੋਣਗੇ, ਜਿਸ ਦੇ ਸਦਕਾ ਲੰਬੇ ਸਮੇਂ ਤੱਕ ਉਹ ਸੱਤਾ 'ਚ ਰਹੀ। ਪਰ ਉਹਨੇ ਪਾੜੋ ਅਤੇ ਰਾਜ ਕਰੋ ਦੀ ਨੀਤੀ 'ਤੇ ਜ਼ੋਰ ਦਿੱਤਾ। ਪੰਜਾਬ ਦੇ ਹਿੰਦੂਆਂ ਦੀ ਰੱਖਿਅਕ ਵੀ ਅਖਵਾਈ ਅਤੇ ਸਿੱਖ ਗਰਮ ਖਿਆਲੀਆਂ ਨੂੰ ਉਤਸ਼ਾਹਿਤ ਕਰਕੇ ਉਦਾਰ ਸਿੱਖ ਸਮਾਜ ਵਿੱਚ ਫੁੱਟ ਪਾ ਕੇ ਆਪਣੇ ਲਈ ਸੱਤਾ ਦੇ ਰਸਤੇ ਵੀ ਬਣਾਉਂਦੀ ਰਹੀ। ਪੰਜਾਬ ਵਿੱਚ ਅੱਤਵਾਦ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਕਾਂਗਰਸ ਕੌਮੀ ਪੱਧਰ 'ਤੇ ਉਹਨਾਂ ਅੱਤਵਾਦੀਆਂ ਦੇ ਵਿਰੁੱਧ ਸੀ, ਜਿਨ੍ਹਾਂ ਨੂੰ ਉਹਨੇ ਪਾਲ ਪੋਸ ਕੇ ਵੱਡਾ ਕੀਤਾ ਸੀ। ਪਵਿੱਤਰ ਹਰਮਿੰਦਰ ਸਾਹਿਬ ਦੀ ਪਵਿੱਤਰਤਾ ਬਚਾਉਣ ਦੇ ਲਈ ਉਹਨਾਂ ਖਿਲਾਫ਼ ਹਮਲਾ ਕਰਨਾ ਪਿਆ। 1984 ਦੇ ਦੁੱਖ ਭਰੇ ਦੰਗਿਆਂ ਦਾ ਦੌਰ, ਇਤਿਹਾਸ ਦਾ ਕਾਲਾ ਪੰਨਾ, ਕਾਂਗਰਸ ਦੀ ਫਿਰਕੂ, ਪੱਖਪਾਤੀ ਅਤੇ ਰਾਸ਼ਟਰ ਵਿਰੋਧੀ ਸੋਚ ਦਾ ਇੱਕ ਜਿਉਂਦਾ ਜਾਗਦਾ ਸਬੂਤ ਹੈ। ਪੰਜਾਬ ਦੇ ਹਿੰਦੂ ਅਤੇ ਸਿੱਖ ਕਾਂਗਰਸ ਨੂੰ ਅਜ਼ਮਾ ਚੁੱਕੇ ਨੇ। ਪੂਰੇ ਦੇਸ਼ ਤੋਂ ਕਾਂਗਰਸ ਵਿਦਾ ਹੋ ਰਹੀ ਹੈ। ਉੱਥੇ ਪਤਾ ਨਹੀਂ ਪੰਜਾਬੀ ਉਹਦੀ ਪਾਲਕੀ ਨੂੰ ਕਿਉਂ ਹੁਲਾਰਾ ਦਿੰਦੇ ਆ ਰਹੇ ਨੇ। ਪੰਜਾਬ ਦੀ 125 ਸਾਲ ਪੁਰਾਣੀ ਪੰਥਕ ਪਾਰਟੀ ਅਕਾਲੀ ਦਲ ਹੈ। ਆਜ਼ਾਦੀ ਦੀ ਲੜਾਈ ਵਿੱਚ ਇਹਦਾ ਯੋਗਦਾਨ ਰਿਹਾ। ਪੰਜਾਬ ਵਿੱਚ 70 ਦੇ ਦਹਾਕੇ ਦੇ ਬਾਅਦ ਕਾਂਗਰਸ ਅਤੇ ਅਕਾਲੀ ਦਲ ਵਾਰ ਵਾਰ ਰਾਜ ਕਰਦੇ ਰਹੇ ਨੇ। ਭਾਜਪਾ ਅਤੇ ਅਕਾਲੀ ਦਲ ਦਾ ਸਾਥ ਰਿਹਾ ਤਾਂ ਕਿ ਪੰਜਾਬ ਵਿੱਚ ਹਿੰਦੂ ਸਿੱਖ ਭਾਈਚਾਰਾ ਮਜ਼ਬੂਤ ਹੋਵੇ।
ਅਕਾਲੀ 80% ਸੀਟਾਂ ਤੇ ਅਤੇ ਭਾਜਪਾ 20% ਸੀਟਾਂ ਤੇ ਅਕਾਲੀਆਂ ਦੇ ਨਾਲ ਚੋਣ ਮੈਦਾਨ ਵਿੱਚ ਉਤਰਦੀ ਰਹੀ ਅਤੇ ਸੱਤਾ ਦੀ ਭਾਗੀਦਾਰੀ ਵੀ ਨਾਮ ਮਾਤਰ ਹੀ ਮਿਲਦੀ ਰਹੀ। ਅਕਾਲੀ ਦਲ ਨੇ ਗਰਮ ਪੰਥੀਆਂ ਦੇ ਧੜੇ ਦੇ ਨਾਲ ਤਾਲਮੇਲ ਬਣਾ ਕੇ ਰੱਖਿਆ। ਪ੍ਰਕਾਸ਼ ਸਿੰਘ ਬਾਦਲ ਜਿਹਾ ਚੰਗਾ ਨੇਤਾ ਮੁੱਖ ਮੰਤਰੀ ਦੇ ਰੂਪ ਵਿੱਚ ਪੰਜਾਬ ਨੂੰ ਦਿੱਤਾ, ਪਰ ਅਕਾਲੀ ਦਲ ਨੂੰ ਆਪਣੀ ਪਰਿਵਾਰਕ ਪਾਰਟੀ ਬਣਾ ਕੇ ਅਕਾਲੀ ਦਲ ਨੂੰ ਮਿਟਾਉਣ ਦਾ ਕੰਮ ਵੀ ਕੀਤਾ ਗਿਆ। ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਉੱਪਰ ਪੰਜਾਬੀਆਂ ਨੂੰ ਵਿਸ਼ਵਾਸ ਨਹੀਂ ਰਿਹਾ। ਅਕਾਲੀ ਦਲ ਪੰਥਕ ਪਾਰਟੀ ਹੈ, ਪਰ ਪੰਥ ਦੇ ਪੈਸੇ ਦੀ ਦੁਰਵਰਤੋਂ ਕਰਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲੀ ਦਲ ਦਾ ਬੰਧਕ ਬਣਾ ਕੇ ਰੱਖਣ ਨਾਲ ਸਿੱਖ ਧਰਮ ਨੂੰ ਗਹਿਰੀ ਚੋਟ ਵੀ ਪਹੁੰਚੀ ਹੈ, ਜੋ ਕਿ ਅਕਾਲੀਆਂ ਨੇ ਪਹੁੰਚਾਈ ਹੈ। ਪੰਜਾਬ ਦੀ ਜਨਤਾ ਉਹਨਾਂ ਦੇ ਭ੍ਰਿਸ਼ਟਾਚਾਰ, ਦਾਦਾਗਿਰੀ ਅਤੇ ਅੱਤਵਾਦੀਆਂ ਨਾਲ ਸੰਬੰਧ ਬਣਾਏ ਰੱਖਣ ਦੀ ਨੀਤੀ ਤੋਂ ਪਰੇਸ਼ਾਨ ਨੇ। ਪੰਜਾਬ ਵਿੱਚ 16 ਮਾਰਚ 2022 ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਅਤੇ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਅਤੇ ਕਾਂਗਰਸ ਤੋਂ ਤੰਗ ਆ ਕੇ ਇੱਕ ਨਵੀਂ ਪਾਰਟੀ ਨੂੰ ਮੌਕਾ ਦਿੱਤਾ ਅਤੇ ਪੂਰੇ ਮਨ ਨਾਲ ਦਿੱਤਾ। 117 ਮੈਂਬਰਾਂ ਵਾਲੀ ਵਿਧਾਨ ਸਭਾ ਵਿੱਚੋਂ 92 ਵਿਧਾਇਕ ਜਿਤਾ ਦਿੱਤੇ। ਭਗਵੰਤ ਮਾਨ ਨੂੰ ਕੇਜਰੀਵਾਲ ਨੇ ਇੱਥੇ ਦਾ ਮੁੱਖ ਮੰਤਰੀ ਬਣਾ ਦਿੱਤਾ। ਪਿਛਲੇ 2.5 ਸਾਲ ਤੋਂ ਸ਼ਾਇਦ ਹੀ ਕੋਈ ਐਸਾ ਦਿਨ ਹੋਵੇਗਾ ਜਦੋਂ ਪੰਜਾਬੀ ਆਪਣੀ ਗਲਤੀ ਤੇ ਪਛਤਾਏ ਨਾ ਹੋਣ। ਆਮ ਆਦਮੀ ਪਾਰਟੀ ਦੇ ਮੁਖੀਆ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਮੰਤਰੀ ਸਤਿੰਦਰ ਜੈਨ ਤੋਂ ਇਲਾਵਾ ਕਈ ਨੇਤਾ ਜੇਲ੍ਹ 'ਚ ਨੇ ਜਾਂ ਬੇਲ ਭਾਵ ਜ਼ਮਾਨਤ 'ਤੇ ਨੇ, ਭਾਵ ਸਿਰ ਤੋਂ ਲੈ ਕੇ ਪੈਰਾਂ ਤੱਕ। ਭ੍ਰਿਸ਼ਟਾਚਾਰ 'ਚ ਡੁੱਬੀ ਵਿਚਾਰਧਾਰਾ, ਨੀਤੀ ਅਤੇ ਪ੍ਰੋਗਰਾਮ ਤੋਂ ਸੱਖਣੀ ਪਾਰਟੀ ਸੱਤਾ ਵਿੱਚ ਤਾਂ ਆ ਗਈ, ਪਰੰਤੂ ਕੀਤਾ ਕੀ ਹੈ ਅਤੇ ਕਰਨਾ ਕੀ ਹੈ ਇਹਦਾ ਪਤਾ ਹੀ ਨਹੀਂ ਹੈ। ਜੇ ਬਾਂਦਰ ਦੇ ਹੱਥ ਉਸਤਰਾ ਹੋਏਗਾ ਤਾਂ ਉਹ ਕਿਸੇ ਨਾ ਕਿਸੇ ਦਾ ਗਲਾ ਵੀ ਕੱਟ ਸਕਦਾ, ਇੱਕ ਦਿਨ ਆਪਣਾ ਵੀ ਕੱਟ ਲਵੇ ਕੋਈ ਪਤਾ ਨਹੀਂ। ਆਮ ਆਦਮੀ ਪਾਰਟੀ ਦੇ ਰਾਜ ਵਿੱਚ ਔਰਤਾਂ ਨਾਲ ਕਿੰਨੀ ਦੁਰਗਤੀ ਹੁੰਦੀ ਹੈ ਇਹ ਉਹਨਾਂ ਦੀ ਆਪਣੀ ਰਾਜ ਸਭਾ ਮੈਂਬਰ ਅਤੇ ਫਾਇਰ ਬ੍ਰਾਂਡ ਮਹਿਲਾ ਨੇਤਾ ਸਵਾਤੀ ਮਾਲੀਵਾਲ ਦੇ ਨਾਲ ਉਹਨਾਂ ਦਾ ਕੀਤਾ ਦੁਰਵਿਵਹਾਰ ਸਪਸ਼ਟ ਰੂਪ ਵਿੱਚ ਦੱਸਣ ਨੂੰ ਕਾਫੀ ਹੈ। ਪੰਜਾਬ ਦੇ ਲੋਕਾਂ ਨੇ ਕਾਂਗਰਸ, ਅਕਾਲੀ ਅਤੇ ਆਮ ਆਦਮੀ ਪਾਰਟੀ ਦੇ ਕੰਮਕਾਜ ਨੂੰ, ਆਚਾਰ ਵਿਹਾਰ, ਨੀਅਤ ਅਤੇ ਨੀਤੀਆਂ ਨੂੰ ਚੰਗੀ ਤਰ੍ਹਾਂ ਦੇਖ ਲਿਆ ਹੈ ਤੇ ਭੋਗ ਵੀ ਲਿਆ ਹੈ। ਪਹਿਲੀ ਵਾਰ ਭਾਜਪਾ ਆਪਣੇ ਦਮ ਤੇ ਪੰਜਾਬ 'ਚ ਸਾਰੀਆਂ 13 ਲੋਕ ਸਭਾ ਸੀਟਾਂ ਤੇ ਚੋਣ ਲੜ ਰਹੀ ਹੈ। ਅਸੀਂ ਕਹਿ ਸਕਦੇ ਹਾਂ ਕਿ ਭਾਜਪਾ ਨੇ ਜ਼ਿਆਦਾਤਰ ਕਾਂਗਰਸੀਆਂ ਨੂੰ ਵੀ ਟਿਕਟ ਦਿੱਤੀ ਹੈ, ਤਾਂ ਅਸੀਂ ਉਹਨਾਂ ਨੂੰ ਵੋਟ ਕਿਉਂ ਦਈਏ? ਤੁਹਾਡੀ ਗੱਲ ਸਹੀ ਹੈ, ਪਰ ਇੱਕ ਗੱਲ ਜੋ ਇਸ ਤੋਂ ਵੀ ਵੱਡੀ ਹੈ ਉਹ ਹੈ ਭਾਜਪਾ ਦੀ ਬੇਦਾਗ ਲੀਡਰਸ਼ਿਪ, ਸਪਸ਼ਟ ਰਾਸ਼ਟਰਵਾਦੀ ਸੋਚ ਅਤੇ ਅਨੁਸ਼ਾਸਨ। ਨਰਿੰਦਰ ਮੋਦੀ ਦੇ ਲਗਭਗ 10 ਸਾਲ ਦੇ ਸ਼ਾਸਨ ਵਿੱਚ ਵਿਰੋਧੀਆਂ ਦੀ ਫੌਜ ਇੱਕ ਵੀ ਭ੍ਰਿਸ਼ਟਾਚਾਰ ਦਾ ਇਲਜ਼ਾਮ ਨਹੀਂ ਲਗਾ ਸਕੀ। ਪ੍ਰਧਾਨ ਮੰਤਰੀ ਦੀ ਤਾਂ ਗੱਲ ਹੀ ਛੱਡ ਦਿਓ, ਜੋ ਵੀ ਲੋਕ ਹੋਰ ਪਾਰਟੀਆਂ ਤੋਂ ਭਾਜਪਾ 'ਚ ਆਏ ਨੇ ਉਹਨਾਂ ਨੂੰ ਵੀ ਪਤਾ ਕਿ ਭਾਜਪਾ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਹੈ ਅਤੇ ਇਹ ਕਿਸੇ ਵਿਦੇਸ਼ੀ ਤਾਕਤ ਦੀ ਕਠਪੁਤਲੀ ਵੀ ਨਹੀਂ ਹੈ। ਉਹਨਾਂ ਨੂੰ ਵੀ ਭਾਜਪਾ ਦੇ ਕਲਚਰ ਨੂੰ ਅਪਣਾਉਣਾ ਹੀ ਹੋਵੇਗਾ, ਹੋਰ ਕੋਈ ਰਸਤਾ ਨਹੀਂ ਹੈ। ਤੁਸੀਂ ਇੱਕ ਵਾਰ ਭਾਜਪਾ ਦੇ ਉਮੀਦਵਾਰਾਂ 'ਤੇ ਭਰੋਸਾ ਜਿਤਾਓ। ਭਾਜਪਾ ਪੰਜਾਬ ਨੂੰ ਉਸ ਦਾ ਗੁਆਚਿਆ ਹੋਇਆ ਮਾਣ ਸਨਮਾਨ ਵਾਪਸ ਲੈ ਕੇ ਦੇਣ ਦਾ ਵਾਅਦਾ ਕਰਦੀ ਹੈ। 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਜੇ ਬਣਾਉਣਾ ਹੈ ਤਾਂ ਪੰਜਾਬ ਪੂਰੇ ਮਾਣ ਨਾਲ ਵਿਕਸਿਤ ਪ੍ਰਾਂਤਾਂ ਦੀ ਸ਼੍ਰੇਣੀ ਵਿੱਚ ਖੜਾ ਹੋਏਗਾ। ਪੰਜਾਬ ਦੀਆਂ 5 ਵੱਡੀਆਂ ਸਮੱਸਿਆਵਾਂ ਨੇ ਜਿਨ੍ਹਾਂ ਦੇ ਖਿਲਾਫ ਭਾਜਪਾ ਫੈਸਲਾਕੁੰਨ ਲੜਾਈ ਲੜੇਗੀ। 1, ਨਸ਼ਾਖੋਰੀ ਜਾਂ ਡਰੱਗ ਦੀ ਵਰਤੋਂ। 2, ਪਲਾਇਨ ਜਾਂ ਵਿਦੇਸ਼ ਜਾ ਕੇ ਵਸਣ ਦੀ ਹੋੜ। 3, ਚਾਰੋਂ ਪਾਸੇ ਫੈਲਿਆ ਹੋਇਆ ਭ੍ਰਿਸ਼ਟਾਚਾਰ। 4, ਢਿੱਲਾ ਮੱਠਾ ਪ੍ਰਸ਼ਾਸਨ ਅਤੇ ਅਰਾਜਕਤਾ ਦਾ ਮਾਹੌਲ। ਅਤੇ 5, ਸਮੇਂ ਸਮੇਂ 'ਤੇ ਸਿਰ ਚੁੱਕਦਾ ਕੱਟੜਵਾਦ ਅਤੇ ਅੱਤਵਾਦ।
ਅੱਜ ਭਗਵੰਤ ਮਾਨ ਨੂੰ ਮੁੱਖ ਮੰਤਰੀ ਵਜੋਂ ਹਾਸਲ ਕਰਕੇ ਜਨਤਾ ਆਪਣਾ ਸਿਰ ਫੜ ਕੇ ਬੈਠੀ ਹੈ, ਕਿਉਂਕਿ ਮਹਾਂਭ੍ਰਿਸ਼ਟ ਅਤੇ ਝੂਠ ਦਾ ਪੁਲਿੰਦਾ ਬਣੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀਆਂ ਖੜਾਵਾਂ ਰਾਘਵ ਚੱਡਾ ਦੇ ਰੂਪ ਵਿੱਚ ਰਾਜ ਗੱਦੀ ਤੇ ਸਜਾ ਕੇ ਪੰਜਾਬ 'ਚ ਰਾਜ ਕਰਵਾਇਆ ਜਾ ਰਿਹਾ ਹੈ। ਭਗਵੰਤ ਮਾਨ ਕੇਜਰੀਵਾਲ ਦਾ ਡਰਾਈਵਰ ਬਣ ਕੇ ਪੰਜਾਬੀਆਂ ਦੇ ਪੈਸੇ ਨਾਲ ਹੈਲੀਕਾਪਟਰ ਤੇ ਹਵਾਈ ਜਹਾਜ਼ਾਂ 'ਚ ਆਪਣੇ ਆਕਾ ਨੂੰ ਸੈਰ ਕਰਵਾਉਂਦਾ ਫਿਰਦਾ, ਜਿਵੇਂ ਉਸ ਦਾ ਆਪਣਾ ਕੋਈ ਸਵੈ ਮਾਣ ਹੀ ਨਾ ਹੋਵੇ। ਪੰਜਾਬੀਆਂ ਦੇ ਸਵੈ ਮਾਣ ਨੂੰ ਜਿਹੜੀ ਚੋਟ ਭਗਵੰਤ ਮਾਨ ਪਹੁੰਚਾ ਰਿਹਾ ਹੈ, ਉਹਦੇ ਲਈ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ। ਪੰਜਾਬ ਇਸ ਤਰ੍ਹਾਂ ਦਾ ਅਪਮਾਨ ਸਹਿਣ ਦਾ ਆਦੀ ਨਹੀਂ ਹੈ। ਪੰਜਾਬ ਜਿਸ ਚੁਰਾਹੇ ਤੇ ਅੱਜ ਖੜਾ ਹੈ, ਉਹਦੇ ਸਾਹਮਣੇ ਭਾਜਪਾ ਨੂੰ ਚੁਣਨਾ ਹੀ ਤਰਕਸੰਗਤ ਹੈ, ਉਪਯੋਗੀ ਹੈ ਅਤੇ ਸਮਝਦਾਰੀ ਵੀ ਹੈ। ਦੇਸ਼ ਦੀ ਮੁੱਖ ਧਾਰਾ ਨਾਲ ਜੁੜੇ ਪੰਜਾਬ ਵਰਗੇ ਬਾਰਡਰ ਰਾਜ ਕੱਟੇ ਨਾ ਜਾਣ, ਇਹ ਚਿੰਤਾ ਪੂਰੇ ਦੇਸ਼ ਦੀ ਹੈ। ਭਾਜਪਾ ਸਦਾ ਤੋਂ ਪੰਜਾਬ ਦੀ ਅਤੇ ਵਿਸ਼ੇਸ਼ ਕਰਕੇ ਸਿੱਖਾਂ ਦੀ ਸਮਰਥਕ ਰਹੀ ਹੈ। ਪਿਛਲੇ 10 ਸਾਲਾਂ 'ਚ ਅਤੇ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਸ਼ਾਸਨ ਕਾਲ 'ਚ ਵੀ ਪੂਰਾ ਮਾਣ ਸਨਮਾਨ ਸਿੱਖਾਂ ਅਤੇ ਪੰਜਾਬੀਆਂ ਨੂੰ ਮਿਲਿਆ ਹੈ। ਇਹ ਫੈਸਲਾ ਕੂਨ ਘੜੀ 1 ਜੂਨ ਨੂੰ ਆ ਰਹੀ ਹੈ, ਆਪਣੇ ਬੱਚਿਆਂ ਦੇ ਭਵਿੱਖ ਲਈ, ਪੰਜਾਬ ਦੇ ਉਜਵਲ ਭਵਿੱਖ ਲਈ ਅਤੇ ਰਾਸ਼ਟਰ ਦੀ ਤਰੱਕੀ ਲਈ। ਭਾਜਪਾ ਨੂੰ ਵੋਟ ਪਾਓ, ਪੰਜਾਬੀਆਂ ਦਾ ਵੀ ਨਾਰਾ ਬਣੇ ਫਿਰ ਤੋਂ ਇੱਕ ਵਾਰ ਭਾਜਪਾ ਸਰਕਾਰ।